ਸਤਿ ਸ਼੍ਰੀ ਅਕਾਲ ਜੀ ਰੂਪਾ ਨੇ ਠੀਕ ਹੀ ਕਿਹਾ ਆਲੂ ਦੇ ਚਿਪਸ ਸਭ ਨੂੰ ਬੜੇ ਪਸੰਦ ਆ ਇਸ ਲਈ ਅੱਜ ਮੈਂ ਤੁਹਾਨੂੰ ਦੱਸਾਂਗੀ ਆਲੂ ਦੇ ਚਿਪਸ ਬਣਾਉਣ ਦਾ ਤਰੀਕਾ ਜਿਹੜਾ ਬੜਾ ਹੀ ਆਸਾਨ ਹੈ ਤੁਸੀਂ ਨੋਟ ਕਰ ਲਓ ਇਹਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਵੱਡੇ ਸਾਈਜ਼ ਦੇ ਆਲੂ 2 ਕਿਲੋ ਪਾਣੀ 1 ਲੀਟਰ ਤੇ ਨਮਕ ਸਵਾਦ ਅਨੁਸਾਰ ਆਲੂ ਦੇ ਚਿਪਸ ਬਣਾਉਣ ਲਈ ਸਭ ਤੋਂ ਪਹਿਲਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਫਿਰ ਚਿਪਸ ਬਣਾਣ ਲਈ ਉਹਨੂੰ ਪਤਲੇ-ਪਤਲੇ ਕੱਟ ਲਓ ਚਾਹੋ ਤੇ ਪਲੇਨ ਵੀ ਕੱਟ ਸਕਦੇ ਹੋ ਚਾਹੋ ਤੇ ਡਿਜ਼ਾਈਨ ਵਾਲੇ ਵੀ ਕੱਟ ਸਕਦੇ ਹੋ ਇੱਕ ਗੱਲ ਯਾਦ ਰੱਖਣਾ ਪਹਿਲਾਂ ਪਤੀਲੇ 'ਚ ਪਾਣੀ ਪਾ ਕੇ ਰੱਖਣਾ ਤੇ ਫਿਰ ਚਿਪਸ ਕੱਟਦਿਆਂ ਹੋਇਆਂ ਉਸ ਪਾਣੀ 'ਚ ਪਾਈ ਜਾਣਾ ਤਾਂ ਕਿ ਉਹ ਕੱਟੇ ਹੋਏ ਚਿਪਸ ਜਿਹੜੇ ਆ ਉਹ ਕਾਲੇ ਨਾ ਹੋ ਜਾਣ ਫਿਰ ਉਹ ਪਤੀਲਾ ਜਿਹੜਾ ਗੈਸ ਤੇ ਰੱਖ ਦਿਓ ਜਦੋਂ 2-3 ਉਬਾਲੇ ਆ ਜਾਣ ਯਾਨੀ ਥੋੜੇ ਜਿਹਾ ਆਲੂ ਗਲ ਜਾਣ ਫਿਰ ਗੈਸ ਬੰਦ ਕਰ ਦਿਓ ਫਿਰ ਉਹ ਚਿਪਸ ਕੱਢ ਕੇ ਖਿਲੀ ਧੁੱਪ ਵਿੱਚ ਇੱਕ ਪਤਲੀ ਚੁੰਨੀ ਵਿਛਾ ਕੇ ਇੱਕ ਇੱਕ ਵੱਖਰਾ ਵੱਖਰਾ ਚਿਪ ਸੁਕਣਾ ਪਾ ਦਿਓ ਜਦੋਂ ਇੱਕ ਸਾਈਡ ਸੁੱਕ ਜਾਏ ਫਿਰ ਉਹਦੀ ਸਾਈਡ ਬਦਲ ਦਿਓ ਉਹ ਦੂਸਰੀ ਸਾਈਡ ਵੀ ਸਿਕਾਲੋ ਜਦੋਂ ਚਿਪਸ ਚੰਗੀ ਤਰ੍ਹਾਂ ਸੁੱਕ ਜਾਣ ਤੇ ਸਮਝੋ ਤਿਆਰ ਹੈ ਫਿਰ ਇੱਕ ਡੱਬੇ ਚ ਪਾ ਕੇ ਰੱਖ ਦਿਓ ਜਦੋਂ ਦਿਲ ਕਰੇ ਗਰਮ ਗਰਮ ਤੇਲ ਚ ਤਲੋ ਉਤੇ ਨਮਕ ਤੇ ਮਸਾਲਾ ਪਾ ਕੇ ਖਾਓ ਆਪ ਵੀ ਤੇ ਆਪਣੇ ਪਰੌਣਿਆਂ ਨੂੰ ਵੀ ਚਾਹ ਨਾਲ ਖਵਾਓ